ਦਾ ਦਿਲ ਸੀ ਕਿ ਪ੍ਰੋਫੈਸਰ ਫੈਸੂ ਸਾਹਿਬ ਆਏ ਨੇ ਇੱਕ ਮਨਕਬਤ, ਮਗਰ ਹੁਣ ਮੈਂ ਇਹ ਮੇਰੇ ਕੋਲ ਟਾਈਮ ਨਹੀਂ, ਇਹ ਵੀ ਸਾਡੇ ਘਰ ਦੇ ਬੰਦੇ ਨੇ ਜੀ, ਮੈਂ ਦੱਸਣਾ, ਬਹਿ ਜਾ ਆਰਾਮ ਨਾਲ, ਵਿੱਚ ਨਹੀਂ ਬੋਲੀਦਾ। ਇਹ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ, ਇੰਜ ਲੱਗੇ ਰਹੀਏ ਤੇ ਦੋ ਦਿਨ ਵੀ ਇਹ ਪ੍ਰੋਗਰਾਮ ਨਹੀਂ ਮੁੱਕਣਾ। ਆਖਰੀ ਖਿਤਾਬ ਆਲਮੀ ਮੁਬੱਲਗੇ ਇਸਲਾਮ ਪੀਰੇ ਤਰੀਕਤ, ਇਹ ਕਿਹੜੇ ਲਫ਼ਜ਼ ਇਸਤੇਮਾਲ ਕਰਾਂ, ਇਹ ਵੀ ਮੇਰੇ ਘਰ ਦੇ ਨੇ, ਆਸਥਾਨਾ ਅਲੀ ਹਜ਼ਰਤ ਕੈਲਾਂ ਵਾਲੇ ਸ਼ਰੀਫ ਦੇ ਸਜਾਦਾ ਨਸ਼ੀਨ। ਦੁਆ ਵੀ ਇਹਨਾਂ ਫਰਮਾਣੀ, ਆਖਰੀ ਖਿਤਾਬ ਵੀ ਇਹਨਾਂ ਫਰਮਾਣਾ ਹੈ। ਮਗਰ ਮੇਰਿਆਂ ਬੱਚਿਆਂ ਨੇ, ਮੇਰਿਆਂ ਅਜ਼ੀਜ਼ਾਂ ਨੇ, ਸਾਰਿਆਂ ਨੇ ਮੈਨੂੰ ਵਾਰ ਵਾਰ ਕਿਹਾ, ਇੱਕੋ ਮੇਰੇ ਉਸਤਾਦ ਖਾਨੇ ਦੇ ਇਹ ਸਾਹਿਬਜ਼ਾਦੇ ਮੁਹੱਕਕ ਇਬਨੇ ਮੁਗਾਵਾ ਸ਼ਫਕਾ ਸਾਹਿਬ ਬੈਠੇ ਨੇ, ਮੈਂ ਸਾਰਿਆਂ ਕੋਲੋਂ ਬਾਹਰ ਕਿਹਦਾ ਕਿਹਦਾ ਨਾਂ ਲਵਾਂ, ਅਗਰ ਮੈਂ ਫਿਰ ਮਾਪੇ ਹੀ ਨਾਂ ਲੈਣੇ ਸ਼ੁਰੂ ਕਰਦੇ ਹਾਂ ਤਾਂ ਫਿਰ ਇੱਕ ਟਾਈਮ ਲੱਗਣਾ ਹੈ। ਦੋ ਤਿੰਨ ਸ਼ੇਰ ਉਹਨੇ, ਕਿਉਂਕਿ ਭਾਈਜਾਨ ਦੀ ਕਾਪੀ ਕਰਨ ਵਾਲੇ ਬੜੇ ਸੋਹਣੇ ਨੇ, ਬੜੇ ਚੰਗੇ ਨੇ, ਅਤੇ ਇਹ ਇੱਕ ਸਦੀ ਸਦੀਆਂ 'ਚ ਇਹੋ ਜਿਹਾ ਬੰਦਾ ਪੈਦਾ ਵੀ ਨਹੀਂ, ਅਤੇ ਇੱਕ ਸਦੀ ਪਹਿਲਾਂ ਕੌਣ ਨਹੀਂ ਤੇ ਉਹਦਾ ਮੈਨੂੰ ਪਤਾ ਕੋਈ ਨਹੀਂ, ਇਹ ਸਦੀਆਂ ਨਾਂ ਗੂੰਜਣਾ। ਇਹ ਮੈਨੂੰ ਸਾਰੇ ਖਾਨਦਾਨ ਨੇ ਕਿਹਾ ਕਿ ਕਾਰੀ ਅਫਜ਼ਾਲ ਦੋ ਸ਼ੇਰ ਜਿਹੜੀ ਉਹਦੀ ਮਰਜ਼ੀ ਹੋਵੇ ਭਾਈਜਾਨ ਦੀ ਤਰਜ਼ 'ਤੇ ਪੜ੍ਹੇ। ਉਸ ਤੋਂ ਬਾਅਦ ਕਿਬਲਾ ਚੰਦ ਜੀ ਇਹ ਖਿਤਾਬ ਫਰਮਾਉਣਗੇ ਔਰ ਉਸ ਤੋਂ ਬਾਅਦ ਖਤਮ ਸ਼ਰੀਫ ਸ਼ੁਰੂ ਹੋ ਜਾਏਗਾ ਅਤੇ ਫਿਰ ਦੁਆਏ ਖੈਰ ਵੀ। ਮੈਂ ਆਸਥਾਨ ਆਲੀਆ ਕੋਟਲਾ ਸ਼ਰੀਫ, ਮੈਂ ਕਿਹੜੀਆਂ ਲਫ਼ਜ਼ਾਂ ਨਾਲ ਸ਼ੁਕਰੀਆ ਅਦਾ ਕਰਾਂ, ਹਜ਼ਰਤ ਸਾਹਿਬਜ਼ਾਦਾ ਮੀਆਂ ਗੁਲਾਮ ਦਸਤਗੀਰ ਰਹਿਮਤੁੱਲਾ ਦੇ ਸਾਹਿਬਜ਼ਾਦੇ ਗੁਲਾਮ ਕਦੀਰ ਸਾਹਿਬ, ਕੋਟਲਾ ਸ਼ਰੀਫ ਸਾਡੇ ਵਾਸਤੇ ਬਹੁਤ ਬੜੀ ਜਗ੍ਹਾ ਹੈ। ਖਾਜਾ ਖਾਜਗਾਨ ਜੀ, ਮੈਂ ਕਰਨ ਲੱਗਾ, ਮੈਂ ਕਰ ਦਿੰਦਾ। ਔਰ ਦੂਸਰਾ ਇੱਕ ਐਲਾਨ ਜਿਹੜਾ ਮੈਂ ਕਰਨਾ ਚਾਹੁੰਦਾ, 14 ਨਵੰਬਰ ਬਰੋਜ਼ ਇਤਵਾਰ, ਜਿਵੇਂ ਅੱਜ 9 ਵਜੇ ਸ਼ੁਰੂ ਹੋਇਆ ਅਤੇ 1 ਵਜੇ ਖਤਮ ਸ਼ੁਰੂ ਹੋ ਜਾਏਗਾ ਇਨਸ਼ਾ ਅੱਲਾਹ ਤਾਲਾ, ਹਜ਼ਰਤ ਕਿਬਲਾ ਭਾਈ ਜਾਨ ਦਾ ਚੇਲਮ ਸ਼ਰੀਫ ਦਾ ਖਤਮ 14 ਨਵੰਬਰ ਬਰੋਜ਼ ਇਤਵਾਰ ਸੁਬਹਾ 9 ਵਜੇ ਸ਼ੁਰੂ ਹੋ ਜਾਏਗਾ। 14 ਨਵੰਬਰ ਬਰੋਜ਼ ਇਤਵਾਰ ਕਾਰੀ ਫਜ਼ਾਲ ਸਾਹਿਬ ਦੋ ਸ਼ੇਰ ਪੜ੍ਹਦੇ ਨੇ, ਮੁਕਤਸਰ ਜਿਹਾ ਉਸ ਅੰਦਾਜ਼ ਨਾਲ ਖੁਤਬਾ ਵੀ ਪੜ੍ਹਨ, ਮੈਂ ਟਾਈਮ ਆਪ ਦੇਣਾ ਇਹਨਾਂ ਨੂੰ ਪਿਆ, ਅਤੇ ਕੋਈ ਇੱਕ ਬਾਤ ਕਰਕੇ ਅਤੇ ਉਸ ਤਰ੍ਹਾਂ ਸਾਨੂੰ ਰੰਗ ਵਿਖਾ ਦੇਣ। ਇਹ ਮੈਨੂੰ ਮੇਰੇ ਖਾਨਦਾਨ ਅਤੇ ਮੇਰੇ ਸਾਰੇ ਆਫਸਾਂ ਵਾਸਤੇ ਕਿਹਾ, ਅਤੇ ਉਸ ਤੋਂ ਬਾਅਦ ਕਿਬਲਾ ਚਾਂਦੀ ਦਾ ਬਿਆਨ ਅਤੇ ਖਤਮ ਸ਼ਰੀਫ ਕਾਰੀ ਮੁਹੰਮਦ ਆਜ਼ਮ ਸਾਹਿਬ ਤੋਂ ਸ਼ੁਰੂ ਹੋਏਗਾ ਇਨਸ਼ਾ ਅੱਲਾਹ ਤਾਲਾ। ਖੈਰ ਮੈਨੂੰ ਮੇਰਿਆਂ ਦੋਸਤਾਂ ਨੇ, ਬਾਈਆਂ ਖਤੀਬਾਂ ਨੇ, ਇਬਤਦਾ 'ਚ ਅਸੀਂ ਲੰਗਰ ਨਜ਼ਰਾਨਾ ਸੁੱਟਦੇ ਰਹੇ ਹਾਂ ਪੈਸੇ, ਅਤੇ ਮੈਨੂੰ ਸਖਤੀ ਨਾਲ ਮਨਾ ਕਰ ਮੀਆਂ ਮੁਬੱਕ ਹਜ਼ਰਤ ਸਾਹਿਬਜ਼ਾਦਾ ਮੁਹੰਮਦ ਬੱਕੂ ਸਾਹਿਬ ਚਿਸ਼ਤੀ ਨੇ, ਮੁਫਤੀ ਮੁਹੰਮਦ ਇਕਬਾਲ ਸਾਹਿਬ ਨੇ, ਦੀਗਰ ਉਲਮਾ ਨੇ, ਕਹਿੰਦੇ ਉਹਨਾਂ ਨੂੰ ਕਿਹਾ ਖਬਰ ਨੇ ਇਹ ਕੰਮ ਨਾ ਕਰ, ਅਸੀਂ ਇੱਥੇ ਕੋਈ ਵਾਅਦਾ ਕਰਾਉਣ ਜਾਂ ਨੋਟ 'ਤੇ ਕੋਈ ਲੈਣ ਨਹੀਂ ਆਏ, ਅਸੀਂ ਤੇਰੇ ਨਾਲ ਤਜ਼ੀਅਤ ਕਰਨ ਆਏ ਹਾਂ ਅਤੇ ਸ਼ਾਹ ਸਾਹਿਬ ਦੀ ਬਾਰਗਾਹ 'ਚ ਖਰਾਜ ਅਕੀਦਤ ਪੇਸ਼ ਕਰਨ ਆਏ ਹਾਂ, ਅਤੇ ਹੁਣ ਮੈਂ ਵੈਸੇ ਪਾਬੰਦੀ ਨਹੀਂ ਲਾਵਾਂਗਾ, ਇਹ ਮੈਂ ਕੋਈ ਫੇਮਸ ਮਤਲਬ ਮੈਂ ਕਹਿੰਦਾ ਨਹੀਂ ਪਾਬੰਦੀ ਹੈ, ਮਗਰ ਮੈਂ ਮਨਾ ਨਹੀਂ ਕਰਾਂਗਾ ਅਗਰ ਉਸ ਰੰਗ 'ਚ ਆ ਕੇ ਤੁਸੀਂ ਅਲਹਮਦੁਲਿਲਾ ਅਲਹਮਦੁਲਿਲਾ ਨਹਮਦੋ ਵਨਸਤਾਈਨੋ ਵਨਸਤਗਫਿਰੁਹੁ ਵਨੁਮਿਨੁ ਬਿਹਿ ਵਨਤਵੱਕਲੁ ਅਲੈਹਿ ਵਨਊਜ਼ੁ ਬਿੱਲਾਹਿ ਮਿਨ ਸ਼ੁਰੂਰਿ ਅਨਫੁਸਿਨਾ ਵਮਿਨ ਸਯਿਆਤਿ ਅਮਾਲਿਨਾ
بھائی یہدہ اللہ فلا مضل له ومن يضلله فلا هادي له ونشهد أن لا إله إلا الله وحده 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 لا شريك له ونشهد أن عبده ورسوله أما بعد فأعوذ بالله من الشيطان الرجيم بسم الله الرحمن الرحيم كل من عليها فان صدق الله مولانا العظيم وبلغنا رسوله النبي الكريم ونحن على ذلك لمن الشاهدين والشاكرين والحمد لله رب العالمين يا رسول الله انظر حالنا يا رسول الله انظر حالنا يا رسول الله انظر حالنا يا حبيب الله اسمع قالنا انني في بحر غم مغرق خذ يدي ساحل لا نعش قالنا ربي اشرح لي صدري ويسر لي امري واحلل عقده من لساني يفقهوا قولي بلغ العلا بكماله كشفت دجا بجماله حسنت جميع خصاله صلوا عليه واله وصحبه وسلموا تسليما دروش بابا والصلاه والسلام محترم سامعین حضرات بڑا اوکھا کام ہے بہت مشکل کچھ عرض کرنا میں نہ دے صرف ایک بات کراں گا مینوں پرسوں شاہ صاحب دے بیٹے عثمان شاہ صاحب کہن لگے کہ ساڈے گھر نوں آونا جانا چھڈی نہ میری ایک بات سن لینا میں کہ حضور فطرتی طور تے کوئی شخص ایک دن کتے نوں روٹی پاوے نا تو تین دن دا دروازہ نہیں چھڑدا فطرت ایک روٹی پاؤ کتے نوں تے تین دن بوا نہیں چھڑدا مینوں 20 سال ہو گئے نے تہاڈے ٹکڑے کھاندے آ میری تے نسل پلدی پئی تہاڈے نام دے صدقے اور یاد رکھنا میں ایز اے نوکر ایز اے غلام بات کر لگا میرے حضور مزاج شیچ ویکھ رہے نے اور مقبول زمانہ بھی سید فدا حسین شاہ صاحب دامت برکات و ملک سیہ میں میرے کو لفظ نہیں میں کیویں انہاں دا شکریہ ادا کرا کہ بنوں انہوں نے حکم فرمایا ہے حاضری واسطے تو صرف صاحبزادہ محمد ابو بکر چشتی صاحب دی بات میں اگے بتا دینا کہ ساری دنیا نو ای پیغام دیندے رہے نے کہ نبی پاک قبر وچ تشریف لا کے اوندے ہیں اونجی کبو جی بھی کہندے ہوندے سو سبحان اللہ انہاں دے